ਕਿਸੇ ਕਿਸਮ ਦੀ ਕੋਈ ਟੈਨਸ਼ਨ ਬਣੀ ਹੋਵੇ, ਕੋਈ ਕਿਸੇ ਕਿਸਮ ਦੀ ਟੈਨਸ਼ਨ ਨਹੀਂ, ਕਿਸੇ ਵੀ ਭਾਈ ਨੇ ਭਾਈ ਕੋਲੋਂ ਵੀਜ਼ਾ ਲੈਣਾ ਹੋਵੇ ਕੋਈ ਮਸਲਾ ਨਹੀਂ ਹੈ, ਕੋਈ ਪ੍ਰੋਬਲਮ ਨਹੀਂ ਹੈ। ਅਲਹਮਦੁਲਿਲਾ ਓਮਾਨ ਏਅਰਪੋਰਟ ਪਹੁੰਚ ਕੇ ਭਾਈ ਉਹਨਾਂ ਨੇ ਬਾਅਦ 'ਚ ਨੰਬਰ ਕਿੱਥੋਂ ਲਿਆ ਤੁਸੀਂ? ਨੰਬਰ ਯੂਟਿਊਬ ਦੀ ਬਾਇਓ 'ਚ, ਯੂਟਿਊਬ ਦੇ ਵਿੱਚੋਂ ਨੰਬਰ ਲਿਆ ਭਾਈ ਨੇ, ਠੀਕ ਹੈ। ਅਤੇ ਟਿਕਟੋਕ 'ਤੇ ਰਾਬਤਾ ਕੀਤਾ ਸੀ, ਟਿਕਟੋਕ 'ਤੇ ਵੀਡੀਓ ਵੇਖ। ਉਹ ਕਿੱਧਰ ਕਿੱਧਰ ਤੁਸੀਂ ਕਿੱਧਰ? ਵੀਜ਼ੇ ਪਹਿਲੀ ਤਰੀਕ ਨੂੰ ਹੋ ਰਹੇ ਨੇ ਬੰਦ, ਐਸ ਪਹਿਲੀ ਨੂੰ ਜਿੰਨੇ ਆਉਣਾ ਉਹ ਸਾਡੇ ਨਾਲ ਰਾਬਤਾ ਕਰ ਸਕਦਾ। ਅਸਲਾਮ ਅਲੈਕੁਮ ਜੀ, ਕੀ ਹਾਲ ਹੈ? ਠੀਕ ਠਾਕ, ਉਮੀਦ ਕਰਦਾ ਸਾਰੇ ਠੀਕ ਹੋਵੋਗੇ। ਅੱਜ ਫਿਰ ਸਾਡਾ ਅਲਹਮਦੁਲਿਲਾ ਬੰਦਾ ਆ ਰਿਹਾ, ਅਤੇ ਇਸ ਟਾਈਮ 5:45 ਹੋ ਗਏ ਨੇ, ਬੜਾ ਹੀ ਉੱਠਣਾ ਮੁਸ਼ਕਲ ਹੁੰਦਾ। ਅਤੇ ਬੰਦਾ ਸਾਡਾ ਅੱਜ ਫਿਰ ਪਾਕਿਸਤਾਨ ਤੋਂ ਆ ਰਿਹਾ, ਅਲਹਮਦੁਲਿਲਾ ਉਹਨੂੰ ਲੈਣ ਚੱਲੇ ਹਾਂ। ਬਿਸਮਿਲ੍ਲਾ ਰਹਿਮਾਨ ਰਹੀਮ। ਸੱਚ ਮੇਰੀ ਯਾਰ, ਜੁੱਤੀ ਇੱਥੇ ਪਈ ਆ, ਉਹ ਪਾ ਲਈਏ ਯਾਰ। ਆ ਜਾ, ਕਿੱਧਰ ਫਿਰਦੀ ਹੈ ਤੂੰ? ਕਿਉਂਕਿ ਜੁੱਤੀ ਨਾ ਜਦੋਂ ਜਾਣਾ ਹੋਵੇ ਤਾਂ ਆਹ ਜੁੱਤੀ ਪਾਉਣੀ ਚਾਹੀਦੀ ਆ, ਠੀਕ ਆ? ਜੁੱਤੀ ਲਾ ਤੂੰ ਬਦਲ ਲਈ। ਲੋ ਜੀ, ਇਹਨੂੰ ਵਿੱਚ ਰੱਖ ਦਈਏ, ਇਹਨੂੰ ਇੱਥੇ ਰੱਖ ਦਈਏ ਥੱਲੇ। ਹਾਂਜੀ, ਆ ਗਿਆ ਜੀ ਗੱਡੀ ਦੇ ਵਿੱਚ। ਬਿਸਮਿਲ੍ਲਾ ਰਹਿਮਾਨ ਰਹੀਮ, ਯਾ ਅੱਲਾ ਤੇਰੀ ਖੈਰ, ਤੂੰ ਰਹੀਮ, ਤੂੰ ਕਰੀਮ, ਤੂੰ ਹਮਾਰਾ ਪਰਵਰਦਿਗਾਰ। ਹਾਏ 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 ਹਾਏ, ਗੱਡੀ ਹੋ ਗਈ ਸਟਾਰਟ, ਅਲਹਮਦੁਲਿਲਾ ਅਲਹਮਦੁਲਿਲਾ ਅਲਹਮਦੁਲਿਲਾ, ਹੁਣ ਆਪਾਂ ਨਿਕਲਣ ਲੱਗੇ ਹਾਂ। ਅੱਛਾ ਯਾਰ, ਮੈਂ ਹਰ ਵੀਡੀਓ 'ਚ ਤੁਹਾਨੂੰ ਕਹਿੰਦਾ ਹੁੰਦਾ ਵੀ ਤੁਸੀਂ ਵੀ ਕਹਿੰਦੇ ਹੋਵੋਗੇ ਬਾਰ ਬਾਰ ਇੱਕ ਹੀ ਗੱਲ ਕਰਦਾ ਭਾਈ ਜਾਨ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਬੈੱਲ ਆਈਕਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਮਿਲ ਸਕੇ, ਠੀਕ ਹੈ ਭਾਈ ਜਾਨ? ਹੁਣ ਅਸੀਂ ਚੱਲੇ ਹਾਂ, ਅੱਲਾ ਖੈਰ ਰੱਖੇ, ਲੈਟ ਜਗਾ ਦਈਏ। ਅਤੇ ਬਾਬਾ ਜੀ, ਗੱਡੀ ਹੋ ਗਈ ਸਟਾਰਟ, ਬੰਦੇ ਨੂੰ ਲੈਣਾ ਸਾਡਾ ਕੰਮ ਹੈ, ਉਹਨੂੰ ਜ਼ਲੀਲ ਕਰਨਾ ਸਾਡਾ ਕੰਮ ਨਹੀਂ। ਬੰਦੇ ਨੂੰ ਏਅਰਪੋਰਟ ਤੋਂ ਲੈਣਾ, ਆਉਂਦੇ ਆ ਸਾਰ ਆਲੂ ਵਾਲਾ ਪਰਾਂਠਾ ਨਾਲ ਲੱਸੀ। ਉਹ ਕਿੱਧਰ ਕਿੱਧਰ ਤੁਸੀਂ ਕਿੱਧਰ? ਯਾਰ ਤੂੰ ਕਿੱਧਰ? ਤੂੰ ਰਾਤੀ ਇੱਥੇ ਸੁੱਤਾ ਸੀ ਯਾਰ? ਅਜੀਬ ਬੰਦੇ, ਮੈਂ ਇਹਨਾਂ ਨੂੰ ਮਾੜਾ ਕਿਹਾ ਵੀ ਮੈਂ ਬੰਦੇ ਨੂੰ ਲੈਣ ਜਾਣਾ ਇਹਨਾਂ ਨੂੰ। ਹਾਂ, ਤੁਸੀਂ ਵਲੌਗ ਵੇਖਿਆ ਹੋਣਾ, ਇਹ ਵਲੌਗ ਇਹਨਾਂ ਨੇ ਵੇਖਿਆ ਨਾ ਵੀ ਆਲੂ ਵਾਲਾ ਪਰਾਂਠਾ ਚੱਲਦਾ ਹੈ, ਤੇ ਪਿਛਲੇ ਵਲੌਗ 'ਚ ਆਇਆ ਸੀ। ਤੇ ਤੂੰ ਵੀ ਭਾਈ ਜਾਨ ਜੀ ਲੱਸੀ ਤੇ ਆਲੂ ਵਾਲਾ ਪਰਾਂਠਾ ਵੇਖ ਕੇ ਤੂੰ ਵੀ ਆ ਗਿਆ, ਬੋਲਦਾ ਨੀ? ਬਿਲਕੁਲ ਯਾਰ, ਵੇਖੋ ਯਾਰ ਇਹਨਾਂ ਦੇ ਕੰਮ ਚੈੱਕ ਕਰੋ ਯਾਰ, ਥੋੜਾ ਪਰਫਿਊਮ ਦੇ ਯਾਰ। ਪਰਫਿਊਮ ਕਿਹੜਾ ਦੇ? ਇੱਥੇ ਪਰਫਿਊਮ ਦੀ ਦੁਕਾਨ ਪਈ ਹੈ ਮੈਂ ਕੀ ਦਿਖਾ? ਯਾਰ ਤੁਹਾਨੂੰ ਕਿਵੇਂ ਪਤਾ ਪਰਫਿਊਮ ਗੱਡੀ 'ਚ ਆ ਯਾਰ? ਅਜੀਬ ਬੰਦੇ ਜੇ ਯਾਰ ਤੁਸੀਂ, ਚੰਗੀ ਮੁਸੀਬਤਾਂ ਮੈਨੂੰ ਟੱਕਰੇ ਜੇ ਤੁਸੀਂ। ਏਸੀ ਵੀ ਚਲਾਉਣਾ ਯਾਰ, ਏਸੀ ਵੀ ਚਲਾ ਗਾ, ਹਲੋ ਮਾੜਾ ਮਾੜਾ ਲਾਉਣਾ ਗਾ, ਪਿਛਲੇ ਦੇ ਕੰਮ ਵੇ, ਸਾਰੀ ਉਮਰ ਖਾਲਿਆਂ ਚ ਨਹਾਤਾ, ਅੱਜ ਇਹਨੂੰ ਪਰਫਿਊਮ ਚੇਤੇ ਆ ਗਿਆ। ਉਹ ਮੈਨੂੰ ਵੀ ਲਾ ਲੈਣ ਦੋ, ਮੈਨੂੰ ਵੀ ਮਾੜਾ ਜਿਹਾ।
ਤੁਹਾਨੂੰ ਪਤਾ ਨਹੀਂ ਕਿੱਥੋਂ ਖੁਸ਼ਬੂ, ਅਸੀਂ ਭਾਈ ਜੀ ਸਾਦਾ ਪਰਫਿਊਮ ਲਾਉਂਦੇ ਹਾਂ ਜੈਗੁਆਰ, ਠੀਕ ਹੈ, ਮੈਂ ਪਾਕਿਸਤਾਨੀ ਹੈਗਾ ਐਵੇਂ ਕੋਈ 5-7 ਹਜ਼ਾਰ ਦਾ 10 ਹਜ਼ਾਰ ਦਾ ਮਹਿੰਗਾ ਨਹੀਂ ਲਾਉਂਦੇ। ਹਾਂ ਇੱਕ ਹੋਰ ਤੁਹਾਨੂੰ ਮੈਂ ਗੱਲ ਕਰਦਿਆਂ, ਠੀਕ ਆ, ਇੱਥੇ ਗੱਲ ਕਲੀਅਰ ਕਰਦਾ, ਜਦੋਂ ਬੰਦਾ ਪਾਕਿਸਤਾਨ ਆਉਂਦਾ ਨਾ, ਜਦੋਂ ਬੰਦਾ ਪਾਕਿਸਤਾਨ ਆਉਂਦਾ ਤੇ ਆ ਬੂਟੇ ਵਰਗੇ ਤੇ ਪਿਛਲਾ ਮੇਰਾ ਭਾਈ ਇਹਦੇ ਵਰਗੇ ਨਾ, ਇੱਥੋਂ 500-500 ਪੈਸੇ ਦੇ ਪਰਫਿਊਮ ਲੱਭਦੇ, ਪਰਫਿਊਮ ਲੱਭਦਾ ਲੈ ਜੀ, ਉਹ ਲੈ ਕੇ ਤੇ ਜਾ ਕੇ ਨਾ ਗਿਫਟ, ਭਾਈ ਜਾਨ ਤੇਰੇ ਵਾਸਤੇ ਗਿਫਟ, ਆ ਤੇਰੇ ਵਾਸਤੇ ਗਿਫਟ, ਉਹ ਗਿਫਟ ਤੁਸੀਂ ਇੱਥੇ ਐ ਹੁਣ ਇੱਥੇ ਐਨ ਮੂੰਹ ਕਰ, ਇੱਥੇ 20 ਰਿਆਲ ਦਾ ਪਰਫਿਊਮ ਲੱਭਦਾ ਫਿਰਦਾ ਜੀ, ਮੇਰੀ ਸ਼ਾਦੀ ਮੈਂ ਇਹ ਲਾਉਣਾ ਵਾ, ਤੇ ਜਦੋਂ 1000 ਰੁਪਏ ਨੂੰ ਦੇਣਾ ਹੋਵੇ ਉਦੋਂ ਇੱਥੋਂ 500 ਪੈਸੇ ਦਾ ਚੱਕ ਲੈਂਦੇ, ਪਾਕਿਸਤਾਨ 250-300 ਰੁਪਏ ਦਾ, ਤੇ ਯਾਰ ਚੀਜ਼ ਚੰਗੀ ਲੈ ਕੇ ਜਾਇਆ ਕਰੋ, ਠੀਕ ਹੈ, ਤਾਂ ਮੂੰਹ ਕਰ ਹੁਣ, ਠੀਕ ਹੈ, ਬਾਕੀ ਨਿਕਲਦੇ ਉਦਣ ਵੀ ਅਸੀਂ ਲੇਟ ਹੋ ਗਿਆ ਸੀ, ਬਿਸਮਿਲ੍ਲਾ ਰਹਿਮਾਨ ਰਹੀਮ, ਬੰਦਾ ਡਿੱਕੀ ਆਉਂਦਾ ਕਹਿੰਦਾ ਸਾਈਕਲ ਮੋਟਰ ਤੇ ਨਹੀਂ ਆਪਾਂ ਚੱਲੇ, ਆਪਾਂ ਗੱਡੀ ਤੇ ਚੱਲੇ ਆ, ਯਾ ਅੱਲਾ ਤੇਰੀ, ਨਾ 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 ਯਾਰ ਡੱਬਾ ਨੀ ਖਾਲੀ ਮੇਰੇ ਕੋਲ, ਮੈਂ ਤਾਂ ਰਾਹ ਚ ਲਾ ਦੇਣਾ ਡੱਬਾ ਖਾਲੀ ਦੇ ਦਿਓ, ਬਿਸਮਿਲ੍ਲਾ ਰਹਿਮਾਨ ਰਹੀਮ। ਹਾਂਜੀ ਚੜ੍ਹ ਗਏ ਜੀ ਰੋਡ ਤੇ, ਜਾ ਰਹੇ ਹਾਂ, ਲੱਭਾ ਖੈਰ ਰੱਖੇ ਇਨਸ਼ਾਅੱਲਾ, ਇਨਸ਼ਾਅੱਲਾ 10-15 ਮਿੰਟਾਂ ਦੇ ਵਿੱਚ ਲਾਰੀ 120 ਤੇ ਜਾ ਰਹੀ ਹੈ, 10-15 ਮਿੰਟਾਂ 'ਚ ਇਨਸ਼ਾਅੱਲਾ ਮਿਲਦੇ ਹਾਂ ਏਅਰਪੋਰਟ ਤੇ ਜਾ ਕੇ। ਅੱਛਾ ਜੀ, ਜਿੱਦਾਂ ਕਿ ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਦੱਸਿਆ ਸੀ, ਵੀਜ਼ਾ ਦੇਣਾ ਕੋਈ ਮੁਸ਼ਕਲ ਨਹੀਂ ਹੈ, ਵੀਜ਼ਾ ਦੇਣਾ ਕੋਈ ਬਹਾਦਰੀ ਨਹੀਂ ਹੁੰਦੀ, ਕੰਮ ਤੇ ਲਵਾਉਣਾ ਟਾਈਮ ਨਾਲ, ਸਭ ਤੋਂ ਮੇਨ ਗੱਲ ਟਾਈਮ ਨਾਲ ਬੰਦੇ ਨੂੰ ਏਅਰਪੋਰਟ ਤੋਂ ਲੈਣਾ, 4:45 ਦਾ ਟਾਈਮ ਹੈ, ਨਈਮ ਨੇ ਆਪਣੀ ਨੀਂਦਰ ਵੀ ਪੂਰੀ ਨਹੀਂ ਕੀਤੀ, ਤਬੀਅਤ ਵੀ ਖਰਾਬ, ਬੁਖਾਰ ਹੈ, ਮੈਨੂੰ ਯਕੀਨ ਕਰੋ, ਕਸਮ ਚੱਕ ਕੇ ਕਹਿ ਰਹੋ ਵੀ ਮੈਨੂੰ ਬੁਖਾਰ ਵੀ ਹੈ ਤੇ ਕਾਫੀ ਹੈ, ਲੇਕਿਨ ਅਲਹਮਦੁਲਿਲਾ ਹੁਣ ਕੋਈ ਤਬੀਅਤ ਠੀਕ ਹੈ, ਜਾ ਰਿਹਾ ਬੰਦੇ ਨੂੰ ਲੈਣ, ਕਿਉਂਕਿ ਜ਼ਿੰਮੇਦਾਰੀ ਹੈ, ਜ਼ਿੰਮੇਦਾਰੀ ਆਪਣੇ ਸਿਰ ਲਈ ਹੈ ਤੇ ਨਿਭਾਉਣੀ ਹੈ, ਇਹਨੇ ਵੀ ਬੰਦਾ 5 ਘੰਟੇ ਵੇਟ ਕਰੇ, ਇਨਸ਼ਾਅੱਲਾ 1/2 ਘੰਟਾ ਪਹਿਲੇ ਬਾਹਰ ਖੜੇ ਹੋਵਾਂਗੇ ਤੇ ਬੰਦੇ ਨੂੰ ਏਅਰਪੋਰਟ ਤੋਂ ਰਿਸੀਵ ਕਰਾਂਗੇ, ਕੰਮ ਤੇ ਲਵਾਉਣਾ ਬੰਦੇ ਨੂੰ ਟਾਈਮ ਤੇ ਲੈਣਾ, ਲੈ ਕੇ ਰੂਮ 'ਚ ਲਿਆਉਣਾ ਪਿਆਰ ਮੁਹੱਬਤ ਨਾਲ, ਇਹ ਬੜੀ ਵੱਡੀ ਹੈ ਸਮਝੋ, ਇੱਕ ਨੇਕੀ ਹੈ, ਪੈਸੇ ਤਾਂ ਤੁਸੀਂ ਲੈਂਦੇ ਹੀ ਲੈਂਦੇ ਜੇ, ਉਹ ਇੱਕ ਅਲੱਗ ਗੱਲ ਹੈ, ਠੀਕ ਹੈ, ਰੋਜ਼ੀ ਲੱਭਦੀ ਹੈ ਅਲਹਮਦੁਲਿਲਾ, ਲੇਕਿਨ ਕੀ ਹੈ ਬੰਦੇ ਨੂੰ ਲਿਆ ਕੇ ਬੰਦੇ ਨੂੰ ਦੇਖਭਾਲ ਕਰਨੀ, ਬੰਦੇ ਨੂੰ ਬਾਬਾ ਜੀ ਇੱਥੋਂ ਦੇ ਰੂਲ ਵਗੈਰਾ ਸਮਝਾਉਣੇ, ਇਹ ਨਹੀਂ ਇੱਥੋਂ ਬੰਦੇ ਨੂੰ ਏਅਰਪੋਰਟ ਤੋਂ ਚੱਕਿਆ, ਜਾਂ ਚੱਕਿਆ ਵੀ ਨਹੀਂ, ਕਈ ਚੱਕਦੇ ਵੀ ਨਹੀਂ, ਅਸੀਂ ਬੰਦੇ ਨਾਲ ਪੂਰਾ ਤਾਉਣ ਕਰਦੇ ਹਾਂ, ਠੀਕ ਹੈ, ਇਹ ਨਹੀਂ ਬੰਦੇ ਨੂੰ ਇੱਕ ਵਾਰੀ ਕੰਮ ਤੇ ਲਵਾ ਦਿੱਤਾ ਤੇ ਬਾਅਦ 'ਚ ਅਸੀਂ ਉਹਨੂੰ ਫੋਨ ਕਰਕੇ ਨਹੀਂ, ਰੋਜ਼ਾਨਾ ਕਾਲ ਕਰਕੇ ਵੀ ਪੁੱਛੀਦਾ, ਜਾਂ ਮੈਸ ਕਾਲ ਨਹੀਂ, ਚਲੋ ਮੈਸੇਜ ਕਰਕੇ ਤਾਂ ਲਾਜ਼ਮੀ ਪੁੱਛੀਦਾ, ਠੀਕ ਹੈ, ਵਾਪਸੀ ਤੇ ਇਨਸ਼ਾਅੱਲਾ ਤੁਹਾਨੂੰ ਵਿਖਾਵਾਂਗੇ ਆਲੂ ਵਾਲੇ ਪਰਾਂਠੇ, ਆਹ ਜਿਹੜੇ ਕਿ ਦੋ ਮੇਰੇ ਨਾਲ ਸ਼ਿਕਰੇ ਬੈਠੇ ਆ, ਇਹਨਾਂ ਨੇ ਪਤਾ ਨਹੀਂ ਕਿਵੇਂ ਬਾਬਾ ਜੀ ਟਾਈਮ, ਮੈਨੂੰ ਤਾਂ ਸਮਝ ਨਹੀਂ ਆ ਰਹੀ, ਮੈਂ ਗੱਡੀ 'ਚ ਆ ਕੇ ਬੈਠਾ ਤੇ ਮਗਰ ਹੀ ਹੈ, ਇਹਨਾਂ ਨੇ ਪਿਛਲੇ ਵਲੋਗ 'ਚ ਵੇਖਿਆ ਵੀ ਆਲੂ ਵਾਲੇ ਪਰਾਂਠੇ ਚੱਲੇ, ਨਾਲ ਬਾਬਾ ਜੀ ਲੱਸੀਆਂ ਚੱਲੀਆਂ, ਇਹਨਾਂ ਕੋਲ ਬਰਦਾਸ਼ਤ ਨਹੀਂ ਹੋਇਆ, ਇਹਨਾਂ ਨੇ ਕਿਹਾ ਜੀ ਅਸੀਂ ਵੀ ਚੱਲਦੇ ਹਾਂ ਨਾਲ, ਮੈਂ ਕਿਹਾ ਚਲੋ ਫਿਰ ਆ ਜਾਓ, ਹੁਣ ਮੈਂ ਕੀ ਕਰ ਸਕਦਾ ਤੁਹਾਨੂੰ, ਸੁਬਹਾ ਸੁਬਹਾ ਮੇਰੇ ਨਾਲ ਤੁਸੀਂ ਵੀ ਆ ਜਾਓ, ਠੀਕ ਹੈ ਨਾ, ਅਤੇ ਬਾਕੀ ਇਨਸ਼ਾਅੱਲਾ ਪੂਰਾ ਵਲੋਗ ਤੁਸੀਂ ਵੇਖਣਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਬੈੱਲ ਆਈਕਨ ਪ੍ਰੈਸ ਕਰਨੀ, ਅਤੇ ਲਾਜ਼ਮੀ ਵੀਡੀਓ 'ਤੇ ਸ਼ੇਅਰ ਕਰਿਆ ਕਰੋ, ਠੀਕ ਹੈ ਨਾ, ਤੁਹਾਡੇ ਇੱਕ ਸ਼ੇਅਰ ਨਾਲ, ਤੁਹਾਡੇ ਇੱਕ ਲਾਈਕ, ਇੱਕ ਕਮੈਂਟ ਨਾਲ ਬਾਬਾ ਜੀ ਸਾਡਾ ਅੱਗੇ ਕੰਮ ਬਣ ਜਾਂਦਾ, ਕਿਸੇ ਬੰਦੇ ਦੀ ਰੋਜ਼ੀ ਲੱਗ ਜਾਂਦੀ ਹੈ, ਅਤੇ ਉਸ ਤੋਂ ਬਾਅਦ ਮੇਨ ਗੱਲ, ਮੇਨ ਮੁੱਦੇ 'ਤੇ ਆਉਂਦੇ ਹਾਂ, ਫੇਕ ਆਈਡੀਆਂ ਤੋਂ ਬਚੋ, ਮੈਂ ਕੋਈ ਆਨਲਾਈਨ ਪੈਸਾ ਨਹੀਂ ਮੰਗਵਾਉਂਦਾ, ਅਸੀਂ ਸਿਰਫ ਬੰਦੇ ਨੂੰ ਆਪਣੇ ਪਿੰਡ ਦਾ ਐਡਰੈਸ ਦਿੰਦੇ ਹਾਂ, ਭਾਈ ਸਾਹਮਣੇ ਬਹਿ ਕੇ ਗੱਲ ਕਰਦੇ ਹਾਂ, ਟਿਕਟੋਕ ਦੀਆਂ ਬੜੀਆਂ ਫੇਕ ਆਈਡੀਆਂ ਮੇਰੇ ਨਾਂ ਦੀਆਂ ਲੋਕਾਂ ਨੇ ਬਣਾਈਆਂ ਹੋਈਆਂ ਨੇ, ਇਹਨਾਂ ਫੇਕ ਆਈਡੀਆਂ ਤੋਂ ਬਚੋ ਮੇਰਾ ਭਾਈ, ਮੈਂ ਬਾਰ ਬਾਰ ਕਹਿ ਰਿਹਾ, ਤੁਸੀਂ ਜਾ ਕੇ ਉਹਨਾਂ ਨੂੰ ਕਮੈਂਟ ਵੀ ਕਰਦੇ ਹੋ ਥੱਲੇ ਜਾ ਕੇ ਫੇਕ ਆਈਡੀਆਂ ਦੇ ਥੱਲੇ, ਕਿਉਂਕਿ ਮੈਂ ਵੇਖਦਾ ਹੁੰਦਾ ਵਾਂ,
ਲੋਕੀ ਕਹਿ ਰਹੇ ਨੇ ਸਾਡੇ ਨਾਲ ਲਾਜ਼ਮੀ ਰਾਬਤਾ ਕਰ, ਲੇਕਿਨ ਲੋਕ ਤੇ ਇਹੀ ਸਮਝਦੇ ਵੀ ਨਹੀਂ ਮੈਂ ਨਹੀਂ ਹੈ, ਫੇਕ ਆਈਡੀਆਂ ਮੇਰੇ ਨਾਂ ਦੀਆਂ ਬੜੀਆਂ ਬੜੀਆਂ, ਉਹਨਾਂ ਤੋਂ ਬਚੋ। ਮੇਨ ਗੱਲ ਹੀ ਇਹ ਵੀ ਅਸੀਂ ਆਨਲਾਈਨ ਪੈਸੇ ਮੰਗਵਾਉਂਦੇ ਹੀ ਨਹੀਂ। ਜਿਹਨੇ ਗੱਲ ਕਰਨੀ ਨਈਮ ਦੇ ਸਾਹਮਣੇ ਬਹਿ ਕੇ ਕਰੇ, ਜਾਂ ਨਈਮ ਦਾ ਭਾਈ, ਅਸੀਂ ਪਿੰਡ ਦੇ ਵਿੱਚ ਆਪਣਾ ਐਡਰੈਸ ਦਿਆਂਗੇ ਪ੍ਰੋਪਰ, ਠੀਕ ਹੈ, ਉਸ ਪ੍ਰੋਪਰ ਐਡਰੈਸ ਤੇ ਬਹਿ ਕੇ ਆਪਣੇ ਸਾਹਮਣੇ ਬਹਿ ਕੇ ਗੱਲ ਕਰਾਂਗੇ, ਠੀਕ ਹੈ ਨਾ। ਕੋਈ ਆਨਲਾਈਨ ਅਸੀਂ ਪੈਸਾ ਨਹੀਂ ਮੰਗਵਾਉਂਦੇ। ਤੇ ਬਾਕੀ ਹੁਣ ਪਿੱਛੋਂ ਛੁੱਟਦੇ ਨਾ ਆ ਜਾਣ, ਮੈਂ ਬੈਲਟ ਵੀ ਲਾ ਲਾਂ, ਤੇ ਉਸ ਤੋਂ ਬਾਅਦ ਲੈਟ ਵੀ ਬੰਦ ਕਰੀਏ, ਮੋਬਾਈਲ ਦੀ ਲੈਟ ਜਾ ਕੇ ਮਿਲਦੇ ਆ ਤੁਹਾਨੂੰ ਏਅਰਪੋਰਟ ਤੇ ਜਾ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਮਸਕਤ ਇੰਟਰਨੈਸ਼ਨਲ ਏਅਰਪੋਰਟ ਭਾਈ ਜਾਨ ਜੀ ਪਹੁੰਚ ਗਏ ਆ। ਟੁੱਟੇ ਆਪਾਂ ਉੱਪਰ ਜਾਣਾ ਥੱਲੇ ਜਾਣਾ? ਦੂਸਰੇ ਫਲੋਰ ਤੇ। ਹੈ ਦੂਸਰੇ ਫਲੋਰ ਤੇ? ਦੂਸਰੇ ਫਲੋਰ ਤੇ ਆਪਣਾ ਕੀ ਹੈ? ਪਾਰਕਿੰਗ ਇਹਦਾ ਮਿੰਤਰਲਾ ਕਰਦੇ ਆ, ਅਗਰ ਇਹਨੇ ਆਪਾਂ ਟੋਕਨ ਦੇ ਦਿੱਤਾ ਤੇ ਨਾਲੇ ਕੈਮਰਾ ਆ ਗਿਆ ਸਾਹਮਣੇ, ਤਸਵੀਰ ਖਿੱਚ ਲੈਂਦੇ ਨੇ ਬੰਦੇ ਦੀ। ਆ ਜਾ, ਤੇਰੀ ਮਿਹਰਬਾਨੀ ਭਾਈ ਜਾਨ, ਜਲਦੀ ਆ ਜਾ ਯਾਰ। ਇਹ ਆ ਵੇਖ, ਹੁਣ ਡੰਡਾ ਚੱਕਿਆ ਗਿਆ ਜੀ, ਨਾਲੇ ਨਾਲੇ ਡੰਡਾ ਚੱਕਿਆ ਗਿਆ ਜੀ। ਤਸੀ ਓਏ ਹੋਏ ਹੋਏ ਹੋਏ, ਉਹ ਵੇ ਸਾਡੇ ਪਾਕਿਸਤਾਨੀ ਭਰਾ ਜਾ ਰਹੇ ਨੇ। ਗੱਡੀ ਇੱਥੇ ਹੀ ਲਾ ਦਈਏ। ਹਾਂਜੀ, ਏਅਰਪੋਰਟ ਤੇ ਪਹੁੰਚ ਗਿਆ ਭਾਈ ਜਾਨ। ਹੈਲੋ, ਵੇਖੋ ਆ ਪਰਾਠਿਆਂ ਵਾਲੇ ਬੇਲੀ ਅੱਗੇ ਅੱਗੇ ਜਾ ਰਹੇ। ਸੁਣਾਓ ਭਾਈ ਜਾਨ, ਪਹੁੰਚ ਗਏ ਹੋ? ਹੈਂ, ਇੱਧਰ ਸਿੱਧਾ ਦੱਸੋ ਵੀ ਅਸੀਂ ਪਰਾਠੇ ਖਾਣ ਆਏ ਹਾਂ। ਇੱਧਰ ਬੂਟੇ ਦੇ ਕੰਮ ਵੇਖੋ ਭਾਈ ਜਾਨ ਜੀ, ਸਿੱਧੀ ਗੱਲ ਹੈ, ਪਰਾਠੇ ਖਾਣ ਆਏ ਆ। ਇਹਨਾਂ ਨੂੰ ਕੋਈ ਦੁਨੀਆਦਾਰੀ ਨਾਲ ਨਹੀਂ, ਇਹਨਾਂ ਨੂੰ ਸਿਰਫ ਪਰਾਠਿਆਂ ਨਾਲ। ਇਹ ਵੇਖੋ ਮੂੰਹ ਪਰਾਂ ਨੂੰ ਕਰ ਗਿਆ ਨੇ। ਉਹ ਯਾਰ ਪਰਾਠੇ ਖਾ ਕੇ ਮਜ਼ਾ ਆਉਂਦਾ, ਹੋਰ ਦੁਨੀਆਂ ਦੇ ਮਜ਼ੇ ਹੀ ਮੁੱਕ ਗਏ ਨੇ, ਪਰਾਠੇ ਖਾ ਕੇ ਮਜ਼ਾ ਆਉਂਦਾ। ਹਾਏ 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 ਹਾਏ, ਮਸਕਤ ਇੰਟਰਨੈਸ਼ਨਲ ਏਅਰਪੋਰਟ ਚੱਲਦੇ ਅੰਦਰ, ਅੰਦਰ ਦਾ ਵਿਊ ਤੁਹਾਨੂੰ ਵਿਖਾਉਂਦੇ ਹਾਂ। ਹਾਂਜੀ, ਪਹੁੰਚ ਗਏ ਏਅਰਪੋਰਟ ਤੇ, ਅੰਦਰ ਦਾ ਵਿਊ ਵਿਖਾਉਂਦੇ ਹਾਂ। ਬੂਟਾ ਅੱਖਾਂ ਮਲੀ ਜਾ ਰਿਹਾ, ਗਿੱਡਾਂ ਬਹੁਤ ਫਸੀਆਂ ਇਹਦੇ। ਇਹ ਜੀ ਅੰਦਰ ਦਾ ਵਿਊ, ਤੁਸੀਂ ਚੈੱਕ ਕਰ ਸਕਦੇ ਹੋ। ਇੱਧਰੋਂ ਬੰਦੇ ਨੇ ਆਉਣਾ ਜੇ, ਅਤੇ ਉਹ ਉੱਥੋਂ ਆਪਾਂ ਨੂੰ ਚੱਕ ਲੈਣਾ। ਬਾਕੀ ਅੱਲਾ ਪਾਕ ਖੈਰ ਰੱਖੇ। ਹੈਂ, ਹੋਰ ਸੁਣਾਓ ਭਾਈ, ਤੁਸੀਂ ਬੰਦੇ ਲੈਣ ਆਇਓ? ਕਿਹੜੇ ਇਲਾਕੇ ਦੇ ਹੋ? ਪਾਕਿਸਤਾਨ? ਗੁਜਰਾਲਾ। ਗੁਜਰਾਲ ਕਿਹੜੀ ਜਗ੍ਹਾ 'ਤੇ? ਹਾਫਜ਼ਾਬਾਦ। ਠੀਕ ਹੋ ਗਿਆ, ਗੁਜਰਾਲੇ ਮੈਂ ਗਿਆ ਦੋ ਵਾਰੀ। ਇੱਕ ਵਾਰੀ ਗਿਆ ਅਬਦਾਲ ਪਿੰਡ ਹੈ ਕੋਈ, ਉਸ ਬਾਅਦ ਇੱਕ ਸਟੇਡੀਅਮ ਦੇ ਲਾਗੇ ਸਾਡਾ ਯਾਰ ਹੈ ਆਸਮ ਮਹਿਰ ਸਾਹਿਬ। ਬਾਕੀ ਇਨਸ਼ਾਅੱਲਾ ਬੰਦਾ ਆਉਂਦਾ ਤਾਂ ਮਿਲਦੇ ਹਾਂ, ਤੁਹਾਨੂੰ ਵਿਖਾਉਂਦੇ ਹਾਂ ਸਾਰਾ, ਠੀਕ ਹੈ ਨਾ। ਅਤੇ ਇਨਸ਼ਾਅੱਲਾ ਫਿਰ ਲੈ ਕੇ ਚੱਲਦੇ ਹਾਂ, ਜੋ ਕਿ ਆਪਣੇ ਭਾਈ ਮਕਸਦ ਪੂਰਾ ਕਰਨ ਆਏ ਨੇ ਆਪਣਾ। ਇਹਨਾਂ ਨੂੰ ਪਤਾ ਸੀ ਅੱਜ ਪਰਾਠੇ ਲੱਭਣੇ ਨੇ, ਯਕੀਨ ਕਰ। ਇਹਨਾਂ ਨੇ ਵਲੋਗ ਪਿਛਲਾ ਵੇਖਿਆ ਵੀ, ਇਹਨਾਂ ਨੇ ਕਿਹਾ ਵੀ ਆਲੂ ਵਾਲੇ ਪਰਾਠੇ ਲਾਜ਼ਮੀ ਨਹੀਂ ਬੰਦਿਆਂ ਨੂੰ ਖਵਾਉਂਦਾ ਜਦੋਂ ਬੰਦੇ ਆਉਂਦੇ। ਸਾਰੀ ਰਾਤ ਸੁੱਤੇ ਹੀ ਨਹੀਂ, ਪਰਾਠੇ ਨਾਲ ਲੱਸੀ ਜੇ ਲੱਭਦੀ ਇਹਨਾਂ ਨੂੰ। ਉਹ ਭਾਅ ਜੀ ਐਨ ਮੂੰਹ ਕਰ। ਹੈਲੋ, ਇਹ ਵੇਖ। ਚਲੋ, ਮਾਸ਼ਾਅੱਲਾ ਜੀ ਕਮਾਲ ਦਾ। ਆਈ ਐਮ ਹੇਅਰ ਇੰਟਰਨੈਸ਼ਨਲ ਏਅਰਪੋਰਟ MCT। ਕਿਆ ਕਮਾਲ ਦੀ ਬਾਬਾ ਜੀ ਲੋਕੇਸ਼ਨ ਦਿੱਤੀ ਉਹਨਾਂ ਨੇ।
ਪਾਕਿਸਤਾਨੀ ਭਰਾ ਆਉਣੇ ਤਾਂ ਸ਼ੁਰੂ ਹੋ ਗਏ ਨੇ ਪਰ ਸਾਡਾ ਬੰਦਾ ਨਹੀਂ ਆਇਆ, ਪਤਾ ਨਹੀਂ ਕਿੱਥੇ ਰਹਿ ਗਿਆ, ਵੇਟ ਕਰ ਰਹੇ ਹਾਂ, ਘੰਟਾ ਹੋ ਗਿਆ ਸਾਨੂੰ ਖੜ੍ਹੇ ਹਾਂ, ਬਾਕੀ ਵੇਖਦੇ ਹਾਂ। ਉਸਤਾਦ ਕਿੱਥੋਂ? ਮੁਲਤਾਨ ਤੋਂ ਆਈ? ਮੁਲਤਾਨ ਤੋਂ? ਮੁਲਤਾਨ ਤੋਂ ਆਈ ਹੈ। ਲਓ ਜੀ, ਜਿਹੜੇ ਕਹਿੰਦੇ ਸੀ ਨਾ ਫਰਾਡ ਫਰਾਡ, ਇਹ ਸਾਡਾ ਬੰਦਾ ਆ ਗਿਆ ਜੀ, ਠੀਕ ਹੈ ਨਾ। ਅੱਜ ਮਾਸ਼ਾਅੱਲਾ ਚੌਥਾ ਪੰਜਵਾਂ ਬੰਦਾ ਆ ਰਿਹਾ ਅਤੇ ਬਾਕੀ ਹੋਰ ਆ ਰਹੇ। ਆ ਜਾਓ ਆ ਜਾਓ ਭਾਈ ਜਾਨ, ਹੱਥ ਨਾਲ ਲਾਓ, ਐਵੇਂ ਬਾਹ ਨਾ ਹਿੱਲ ਜਾਏ, ਠੀਕ ਹੈ ਨਾ। ਅਤੇ ਫੇਕ ਆਈ ਡੀਆਂ ਤੋਂ ਬਚੋ ਸਾਡੀਆਂ ਤੋਂ, ਠੀਕ ਹੈ ਨਾ। ਰੀਅਲ ਆਈ ਡੀ 'ਤੇ ਸਾਨੂੰ ਬਾਬਾ ਜੀ। ਆ ਜਾਓ ਸਾਹ ਜੀ, ਇੱਧਰ ਦੀ ਸੁਣਾਓ, ਠੀਕ ਹੋ? ਪਹੁੰਚ ਗਏ? ਆ ਜਾ ਭਾਈ ਜਾਨ ਜੀ, ਟਰਾਲੀ ਫੜੋ ਭਾਈ ਜੀ, ਬੈਗ ਫੜੋ, ਬੈਗ ਫੜ ਲਓ, ਬੈਗ। ਹਾਂਜੀ, ਅਲਹਮਦੁਲਿਲਾ ਜੀ, ਪਹੁੰਚ ਗਏ ਹਾਂ ਅਤੇ ਬੰਦਾ ਵੀ ਸਾਡਾ ਆ ਗਿਆ। ਇਹ ਪਿੱਛੇ ਭਾਈ ਜਾਨ ਆ ਗਏ ਨੇ, ਹੁਣ ਚੱਲਦੇ ਹਾਂ, ਗੱਡੀ ਦੀ ਪਾਰਕਿੰਗ ਪੇ ਕਰਦੇ ਹਾਂ ਅਤੇ ਇਨਸ਼ਾਅੱਲਾ ਨਿਕਲਦੇ ਹਾਂ। ਆਲੂ ਵਾਲੇ ਪਰਾਠਿਆਂ 'ਤੇ ਜਾ ਵੱਜਦੇ ਹਾਂ, ਟੋਕਨ ਇੱਥੇ ਪਾ ਕੇ ਆ ਲੈ। ਇੱਕ ਰਿਆਲ 100 ਆਇਆ ਪਿਆ ਜੀ, ਪੈਸੇ ਨਹੀਂ ਨਿਕਲਣੇ। ਰੀ ਯੂਜ਼ ਪਿੰਨ ਪੇਡ, ਉੱਥੋਂ ਉੱਤੋਂ ਹੀ ਨਿਕਲਣਾ ਜੀ। ਇੱਕ ਰਿਆਲ 100, ਇੱਕ ਘੰਟੇ ਦੇ ਵਿੱਚ ਪਾਕਿਸਤਾਨੀ 900 ਰੁਪਈਆ ਵੇਖ ਰਹੇ ਹੋ, ਖਰਚੇ ਵੀ ਬਹੁਤ ਨੇ। ਬਾਕੀ ਬੰਦਾ ਸਾਡਾ ਆ ਗਿਆ, ਆ ਜਾਓ ਭਾਈ ਜਾਨ ਜੀ। ਅਲਹਮਦੁਲਿਲਾ ਭਾਈ ਜਾਨ ਜੀ, ਸੁਣਾਓ ਕੀ ਹਾਲ ਹੈ? ਦੁਬਾਰਾ ਫਿਰ ਸਲਾਮ ਲੈ ਲਓ। ਸੁਣਾਓ ਉਸਤਾਦ ਜੀ, ਤੂੰ ਕਿੱਧਰ? ਤੂੰ ਖਾਮ ਖਾਂ ਨਾਲ ਸਿਰਫ ਆਲੂ ਵਾਲੇ ਪਰਾਠੇ, ਦੋ ਪਰਾਠਿਆਂ ਦੀ ਮਾਰ ਹੈ ਤੂੰ ਅੱਲਾ ਦੀ, ਇੱਧਰ ਦੋ, ਇੱਧਰਲਾ ਵੀ ਦੋ ਪਰਾਠਿਆਂ ਦੀ ਮਾਰ ਹੈ, ਠੀਕ ਹੈ। ਉਹਨੇ ਵੇਖਲਾ ਪਹਿਲੇ ਕਿਹਾ ਤਾ ਜੀ ਮੇਰੇ ਦੋ ਪਰਾਠੇ ਖਾਣੇ। ਉਸਤਾਦ ਜੀ, ਕਿਸੇ ਕਿਸਮ ਦੀ ਕੋਈ ਟੈਨਸ਼ਨ ਬਣੀ ਹੋਵੇ? ਕਿਸੇ ਕਿਸਮ ਦੀ ਟੈਨਸ਼ਨ ਨਹੀਂ, ਕਿਸੇ ਵੀ ਭਾਈ ਨੇ ਭਾਈ ਕੋਲੋਂ ਵੀਜ਼ਾ ਲੈਣਾ ਹੋਵੇ ਕੋਈ ਮਸਲਾ ਨਹੀਂ ਹੈ, ਕੋਈ ਪ੍ਰੋਬਲਮ ਨਹੀਂ ਹੈ। ਅਲਹਮਦੁਲਿਲਾ ਓਮਾਨ ਏਅਰਪੋਰਟ ਪਹੁੰਚ ਕੇ ਭਾਈ ਉਹਨਾਂ ਨੇ। ਅੱਛਾ ਉਸਤਾਦ ਜੀ, ਰਾਬਤਾ ਕਾਹਦੇ ਤੇ ਸਭ ਤੋਂ ਪਹਿਲੇ ਕਾਹਦੇ ਤੇ ਰਾਬਤਾ ਕੀਤਾ? ਰਾਬਤਾ ਭਾਈ ਟਿਕਟੋਕ ਤੇ ਕੀਤਾ ਸੀ ਭਾਈ ਉਹਨਾਂ ਨੇ। ਬਾਅਦ ਚ ਨੰਬਰ ਕਿੱਥੋਂ ਲਿਆ ਤੁਸੀਂ? ਨੰਬਰ ਯੂਟਿਊਬ ਦੀ ਬਾਇਓ ਚ, ਯੂਟਿਊਬ ਦੇ ਵਿੱਚੋਂ ਨੰਬਰ ਲਿਆ ਭਾਈ ਨੇ, ਠੀਕ ਹੈ। ਤੇ ਟਿਕਟੋਕ ਤੇ ਰਾਬਤਾ ਕੀਤਾ ਸੀ, ਟਿਕਟੋਕ ਤੇ ਵੀਡੀਓ ਵੇਖੀ। ਸਾਡੀਆਂ ਫੇਕ ਆਈਡੀਆਂ ਵੀ ਲੋਕਾਂ ਨੇ ਬਣਾਈਆਂ ਨੇ ਮੇਰੇ ਨਾਂ ਦੀਆਂ, ਉਹਦੇ ਤੋਂ ਵੀ ਲੋਕਾਂ ਨੂੰ ਬਚਣਾ ਚਾਹੀਦਾ। ਉਹਦੇ ਬਾਰੇ ਕੀ ਕਹੋਗੇ ਬਈ? ਸੇਮ ਟੂ ਸੇਮ ਇਹਨਾਂ ਦੇ ਨਾਮ ਦੀਆਂ ਆਈਡੀਆਂ ਬਹੁਤ ਬਣੀਆਂ ਹੋਈਆਂ, ਥੋੜਾ ਜਿਹਾ ਆਪਣਾ ਵੀ ਖਿਆਲ ਕਰੋ ਬਾਈ, ਬਹੁਤ ਅੱਛੀ ਆ ਇਹਨਾਂ ਦੀ। ਓਰੀਜਨਲ ਆਈਡੀ ਤੇ ਜਾ ਕੇ ਰਾਬਤਾ ਕਰੋ। ਓਰੀਜਨਲ ਆਈਡੀ ਦਾ 2,75,000 ਫੋਲੋਅਰ ਹੈ, ਉਹਦੇ ਤੇ ਰਾਬਤਾ ਕਰੋ। ਅੱਛਾ, ਕਿਸੇ ਕਿਸਮ ਵੀਜ਼ੇ 'ਚ ਕੋਈ ਮਸਲਾ, ਕੋਈ ਫਰਾਡ? ਮਸਲਾ ਨਹੀਂ ਬਾਈ, ਹਰ ਚੀਜ਼ ਓਕੇ ਅਲਹਮਦੁਲਿਲਾ। ਮਸਕਤ ਏਅਰਪੋਰਟ ਬੂਟਾ ਜੀ, ਖੜੇ ਨੇ ਤੇ ਕੱਲ ਜੁਮਾ ਛੁੱਟੀ, ਹਫਤਾ ਵੀ ਛੁੱਟੀ ਹੈ ਹਕੂਮਤ ਦੀ, ਇੱਥੇ ਦੋ ਛੁੱਟੀਆਂ ਹੁੰਦੀਆਂ ਨੇ ਜੁਮੇ ਹਫਤੇ ਦੀ, ਇਹ ਸਭ ਨੂੰ ਪਤਾ ਹੈ। ਤੇ ਇਨਸ਼ਾਅੱਲਾ ਐਤਵਾਰ ਵਾਲੇ ਦਿਨ ਭਰਾ ਦਾ ਮੈਡੀਕਲ ਹੋਏਗਾ, ਇਨਸ਼ਾਅੱਲਾ ਉਸੇ ਟਾਈਮ ਪਤਾਕਾ ਬਣੇਗਾ ਤੇ ਭਰਾ ਕੰਮ ਤੇ ਜਾਏਗਾ, ਠੀਕ ਹੈ ਭਾਈ ਜਾਨ? ਕਿਸੇ ਕਿਸਮ ਦੀ ਕੋਈ ਟੈਨਸ਼ਨ, ਹੋਰ ਅੰਦਰ ਕੋਈ ਮਸਲਾ ਮਸਾਇਲ ਬਣਿਆ ਹੋਵੇ? ਕੋਈ ਮਸਲਾ ਨਹੀਂ। ਚਲੋ ਜੀ, ਅੱਲਾ ਪਾਕ ਖੈਰ ਰੱਖੇ, ਆ ਜਾਓ ਜੀ, ਚੱਲਦੇ ਹਾਂ ਜੀ ਹੁਣ ਗੱਡੀ 'ਚ ਤੇ ਨਿਕਲਦੇ ਹਾਂ। ਉਹ ਭਾ, ਇੱਧਰ ਪਰਾਠੇ ਨਹੀਂ ਹੈਗੇ, ਆ ਜਾ, ਮੈਨੂੰ ਪਤਾ ਤੂੰ ਦੋ ਪਰਾਠਿਆਂ ਦੀ ਮਾਰ ਆ। ਡਿੱਗੀ ਡਿੱਗੀ ਬਲਕਿ ਆਪੇ ਹੀ ਖੁੱਲ੍ਹ ਗਈ, ਆਟੋਮੈਟਿਕ ਡਿੱਗੀ ਆ। ਬੂਟਿਆ ਲੈ 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 ਲੈ, ਇਹਦੇ ਵਿੱਚ ਰੱਖ ਦੇ ਦੋਵੇਂ ਬੈਗ। ਉਹ ਯਾਰ ਖੋਲ ਲਾਂਗੇ ਸੋਹਣ ਹਲਵਾ ਵੀ, ਧਿਆਨ ਨਾ ਰੱਖੀ ਬੈਗ ਨਾ ਤੋੜ ਦੀ। ਆਪ ਤੇ ਤੂੰ ਫੱਕੀ ਵਾਲਾ ਬੈਗ ਹੀ ਲਿਆਂਦਾ ਸੀ। ਚਲੋ ਜੀ, ਲਓ ਜੀ, ਇੱਥੋਂ ਆਪਾਂ ਨਿਕਲਣਾ, ਇਹ ਕਾਰਡ ਜਿਹਾ ਇੱਥੇ ਪਾਉਣਾ,
ਫਿਰ ਫੱਟਾ ਚ ਖਿੱਚਣਾ। ਆਲੋ ਭਾਈ ਜਾਨ ਜੀ ਉਹ ਵੜ ਜਾ, ਆ ਜਾ ਬਾਹਰ ਵੀ ਚੱਕ ਦਿਓ ਭਾਈ, ਪੈਸਿਆਂ ਨਾਲ ਭਾਈ ਅੰਦਰ ਬਾਹਰ ਕਰਨ ਦਿੰਦੇ ਨੇ, ਕੀ ਕਰੇ ਬੰਦਾ, ਕਿਉਂਕਿ ਪਾਰਕਿੰਗ ਦੇ ਭਾਈ ਪੈਸੇ ਹੀ ਬੜੇ ਨੇ ਯਾਰ। ਤੁਸੀਂ ਪੁੱਠੀ ਗੱਲ ਵੱਲ ਚਲੇ ਜਾਂਦੇ ਹੋ, ਮੈਂ ਪਾਰਕਿੰਗ ਦੀ ਗੱਲ ਕਰਦਾ ਪਿਆ, ਤੁਸੀਂ ਐ ਵੇਖੋ ਯਾਰ, ਯਾਰ ਇੱਦਾਂ ਨਾ ਕਰਿਆ ਕਰੋ, ਵੇਖਣਾ ਹੁਣ ਆ ਕੇ ਬੈਠੇ ਨੇ, ਕੋਈ ਲੈਣ ਨਹੀਂ ਆਇਆ ਯਾਰ, ਬਾਹਰ ਆ ਕੇ ਗਰੀਬ ਬੈਠੇ ਨੇ, ਤੇ ਇੱਦਾਂ ਨਾ ਮਜ਼ਦੂਰ ਤਬਕੇ ਨਾਲ ਕਰਿਆ ਕਰੋ। ਉਸਤਾਦ ਜੀ ਕਿੱਦਾਂ ਲੱਗਾ ਮਸਕਤ ਆ ਕੇ? ਬਹੁਤ ਜ਼ਬਰਦਸਤ। ਠੰਡ ਹੈਗੀ ਇੱਥੇ? ਇਹਦੀ ਗਰਮੀ ਤੇ ਕੋਈ ਨਹੀਂ? ਨਹੀਂ ਕੋਈ ਨਹੀਂ, ਦਿਨੇ 12 ਵਜੇ ਪਤਾ ਲੱਗੇਗਾ ਤੈਨੂੰ। ਬਾਕੀ ਇੱਥੇ ਅਜੇ ਤੱਕ ਸੁਬਹਾ ਦਾ ਟਾਈਮ ਹੈ, ਮੌਸਮ ਠੰਡਾ। ਬਾਕੀ ਉਸਤਾਦ ਜੀ ਚੱਲਦੇ ਆ ਆਲੂਆਂ ਵਾਲੇ ਪਰਾਠਿਆਂ ਤੇ, ਤੈਨੂੰ ਆਲੂ ਵਾਲੇ ਪਰਾਠੇ ਨਾਲ ਲੱਸੀ ਬੁਰੀ ਮੱਝ ਦੀ, ਐ ਵੇਖ ਪਰਾਠਿਆਂ ਦੇ ਦੋ ਲਿਆਂਦੇ ਬੰਦੇ ਐਡਵਾਂਸ ਪਰਾਠਿਆਂ ਦੇ ਬੰਦੇ ਲਿਆਂਦੇ ਆ ਯਾਰ। ਮਿਲਦੇ ਆ ਇਨਸ਼ਾਅੱਲਾ ਪਰਾਠਿਆਂ ਵਾਲੀ ਦੁਕਾਨ ਤੇ ਜਾ ਕੇ ਹੋਟਲ ਤੇ। ਹਾਂਜੀ ਪਹੁੰਚ ਗਿਆ ਜੀ ਪਰਾਠਿਆਂ ਵਾਲੀ ਦੁਕਾਨ ਤੇ, ਆ ਜਾਓ ਭਾਈ ਜਾਨ ਜੀ, ਚੱਲਦੇ ਅੰਦਰ ਪਰਾਠੇ ਖਵਾਉਂਦੇ ਭਾਈ ਨੂੰ। ਬਿਸਮਿਲ੍ਲਾਹਿਰਰਹਿਮਾਨ, ਬੜੇ ਟਾਈਮ ਤੇ ਪਹੁੰਚੇ ਜੀ, ਹੈ ਯਕੀਨ ਕਰੋ ਤੁਹਾਡੇ ਤੋਂ ਆ ਫਰੀ ਨੇ ਪਰਾਠਿਆਂ ਪਿੱਛੇ ਤੇ ਐਨ ਨੱਸਦੇ ਨੇ ਜਿਵੇਂ ਨਾ ਵੀ ਇਹਨਾਂ ਨੇ ਹੱਥ ਧੋ ਲਈਏ ਯਾਰ। ਅੱਛਾ ਯਾਰ ਭਾਈ ਜਾਨ ਜੀ ਕਿੰਨੇ ਪਰਾਠੇ ਸਹੀ ਦੱਸਣਾ? ਦੋ ਆਲੂ ਵਾਲੇ ਪਰਾਠੇ ਤੇਰੇ ਉਸਤਾਦ, ਤੇ ਇਹਦੇ ਵੀ ਦੋ ਤੇਰੇ, ਇਹਦਾ ਇੱਕ ਤੇ ਮੇਰਾ ਵੀ ਇੱਕ, ਠੀਕ ਹੈ ਭਾਈ ਜਾਨ? ਉਹਨੂੰ ਗਿਣਤੀ ਭੁੱਲ ਗਈ ਭਾਈ ਜਾਨ, ਦੋ ਦੋ ਇੱਕ ਤੇ ਇੱਕ, ਸਾਰੇ ਘਿਓ ਨਾ ਲੱਗਾ ਹੋਵੇ, ਥੋੜੇ ਥੋੜੇ ਖੁਸ਼ਕ ਹੋਣ ਯਾਰ, ਠੀਕ ਹੈ ਨਾ ਭਾਈ ਜਾਨ ਜੀ? ਨਹੀਂ ਹਲਕਾ ਲਾਉਣ ਨਾਲ ਵੀ ਵਾਲ ਆਪਣੇ ਨਹੀਂ ਆਉਣੇ, ਤੂੰ ਸਿਰਫ ਸਾਨੂੰ ਸੁੱਕੇ ਪਰਾਠੇ ਦੇ ਦੇ ਭਾਈ ਜਾਨ, ਮਿਹਰਬਾਨੀ ਤੇਰੀ, ਠੀਕ ਹੈ? ਬਾਕੀ ਉਹ ਨਾਲ ਲੱਸੀਆਂ, ਸੱਚ ਚਾਰ ਲੱਸੀਆਂ ਵੀ, ਚਾਰ VIP ਜੀ। ਹਾਏ 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 ਲੱਸੀਆਂ, ਹਾਏ ਹੋਏ ਲੱਸੀਆਂ। ਦੂਜਾ ਭਾਈ ਵਾਸ਼ਰੂਮ ਚਲਾ ਗਿਆ ਵਾ, ਪੈਰ ਪਾਉਣ ਲੱਗਾ, ਲੱਸੀਆਂ ਆ ਗਈਆਂ ਨਾ ਜੀ, ਹੁਣ ਨਾਸ਼ਤਾ ਦੂਜਾ ਵੀ ਆਏਗਾ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਹਾਏ 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 ਚਣੇ, ਮੇਰੇ ਅੱਗੇ ਦੋ ਆ ਗਏ ਆਲੂ ਵਾਲੇ ਪਰਾਂਠੇ ਨਾਲ ਲੱਸੀਆਂ, ਹਰ ਚੀਜ਼ ਕਲੀਅਰ ਹੋ ਗਈ ਭਾਈ ਜਾਨ ਜੀ, ਥੈਂਕ ਯੂ, ਮਿਹਰਬਾਨੀ। ਇੱਕ ਮਿੰਟ ਸ਼ੁਰੂ ਨਹੀਂ ਕਰਨਾ ਭਾਈ ਜਾਨ ਜੀ, ਸਾਹ ਜੀ ਆਲੂ ਵਾਲਾ ਪਰਾਂਠਾ ਲੱਸੀ ਚਣੇ ਹਰ ਸ਼ਾਇ ਓਕੇ ਹੋ ਗਈ। ਬੂਟਾ ਜੀ ਇੱਧਰ ਮੇਰੇ ਵੱਲ ਵੇਖ, ਕਿਵੇਂ ਓਕੇ ਆ, ਜੁੜ ਜਾ ਫਿਰ। ਅਲਹਮਦੁਲਿਲਾ ਜੀ ਅਲਹਮਦੁਲਿਲਾ, ਰੋਟੀ ਪਾਣੀ ਖਾ ਲਿਆ, ਪਰਾਠੇ ਭਾਈ ਜਾਨ ਜੀ ਰੱਜ ਗਏ ਹੋ ਭਾਈ ਜਾਨ, ਤੁਸੀਂ ਵੀ ਦੋ ਦੋ ਪਰਾਠੇ ਚੰਬੇ ਨੇ ਇਹਨਾਂ ਨੇ, ਲੱਸੀ ਵੀ ਨਾਲ ਪੀਤੀ ਹੈ, ਤੁਸੀਂ ਵੇਖੀ ਹੋਣੀ ਸਾਰੀ ਵੀਡੀਓ। ਬਾਕੀ ਇਨਸ਼ਾਅੱਲਾ ਚੱਲਦੇ ਹਾਂ ਅੱਲਾ ਖੈਰ ਰੱਖੇ ਵਾਪਸ ਰੂਮ 'ਚ, ਕਿਉਂਕਿ ਹੁਣ ਨੀਂਦ ਬੜੀ ਆ ਰਹੀ ਹੈ। ਸਾਹ ਚਾਹ ਪੀਣੀ ਬੀਪੀ ਤੋਂ? ਮੈਂ ਤਾਂ ਕਹਿੰਦਾ ਪੀ ਲਓ ਇੱਕ ਇੱਕ ਕੱਪ ਯਾਰ, ਕੀ ਯਾਦ ਕਰੋਗੇ ਉਸਤਾਦ, ਇੱਕ ਇੱਕ ਕੱਪ ਪੀ ਕੇ ਤਾਂ ਫਿਰ ਸਿੱਧਾ ਰੂਮ 'ਚ ਚੱਲਦੇ ਹਾਂ। ਹੈਂ ਉਸਤਾਦ ਚਾਹ ਪੀ ਲੈਂਦਾ ਨਾ? ਨਹੀਂ ਅਸੀਂ ਵੀ ਪੀ ਲਾਂਗੇ ਜਿੱਥੇ ਤੂੰ ਪੀਏਂਗਾ ਯਾਰ, ਅਸੀਂ ਵੀ ਪੀ ਲਾਂਗੇ, ਅੱਲਾ ਦੇ ਬੰਦਿਆਂ ਹੀ ਤੇ ਪਿਆਰ ਮੁਹੱਬਤ ਤੇ ਦੁਨੀਆ ਤੋਂ ਕੀ ਲੈ ਜਾਣਾ। ਬਾਕੀ ਅੱਲਾ ਪਾ ਖੈਰ ਰੱਖੇ, ਇਨਸ਼ਾਅੱਲਾ ਮਿਲਦੇ ਆ ਤੁਹਾਨੂੰ ਚਾਹ ਵਾਲੇ ਹੋਟਲ ਤੇ ਜਾ ਕੇ। ਮਬੇਲਾ ਬੀਪੀ ਚਾਹ ਆ ਗਈ ਜੀ ਸਾਡੀ, ਆ ਭਈਆ ਕੈਸਾ ਹੈ? ਅੱਛਾ ਆਲੋ ਭਾਈ ਜਾਨ ਜੀ, ਬਿਸਮਿਲ੍ਲਾ ਕਰੋ ਇੱਕ ਮੁਸਤਫਾ ਵੀ ਫੜ,
ਬਿਸਮਿਲ੍ਲਾ ਜੀ, ਇਹ ਮੇਰੀ ਆ ਗਈ। ਕਿੰਨਾ ਪੈਸਾ ਬਈ? 400 ਚਾਹ ਆ ਗਈ। ਉਸਤਾਦ ਜੀ ਖਿੱਚੋ ਚਾਹ, ਅੱਲਾ ਨੂੰ ਯਾਦ ਕਰਕੇ। ਭਾਈ ਜਾਨ ਤੁਸੀਂ ਵੀ ਖਿੱਚੋ ਬੂਟਿਆ, ਚਾਹ ਪੂਰੀ ਪੀਣੀ। ਪੀ ਲੈ ਯਾਰ, ਤੂੰ ਚੰਗਾ ਡਰਾਮੇ ਬਾਜੀ ਬਣਾਏ। ਪਰਾਂਠਾ ਇੱਕ ਹੋਰ ਲੈ ਖਾ ਲੈਣਾ ਤੂੰ। ਚਾਹ ਨੀ ਪੀਣੀ, ਚਾਹ ਚੰਗੀ ਹੁੰਦੀ ਸਿਹਤ ਵਾਸਤੇ। ਇਹ ਸਾਡਾ ਸਪੈਸ਼ਲ ਹੋਟਲ ਹੈ ਜੀ, ਟੀ ਵਰਲਡ। ਇੱਥੋਂ ਅਸੀਂ ਚਾਹ ਪੀਦੀ, ਕੌਫੀ ਸ਼ੋਪ ਜਾਣੀ। ਅਲਹਮਦੁਲਿਲਾ ਜੀ, ਪਹੁੰਚ ਗਿਆ ਰੂਮ ਚ ਉਸਤਾਦ ਜੀ। ਇਹ ਆਪਣਾ ਗਰੀਬ ਖਾਨਾ, ਤੇ ਆ ਜਾਓ ਬਿਸਮਿਲ੍ਲਾ। ਖੋਲੋ ਯਾਰ ਬੈਗ, ਭਾਅ ਦਾ ਕਢਾਓ। ਬੂਟਿਆ ਮਠਿਆਈ ਵਾਲੇ, ਤੂੰ ਚਾਹ ਮਕਾਉਣ ਲੱਗਾ ਹੁਣੇ ਹੀ? ਅਸੀਂ ਤਾਂ ਜਾ ਕੇ ਮਠਿਆਈ ਖੋਲਣੀ। ਭਾਈ ਜਾਨ ਜੀ ਕੱਢੋ ਬੈਗ ਆਪਣਾ, 1 ਵਜੇ ਨਹੀਂ, ਅਸੀਂ ਤਾਂ ਹੁਣੇ ਖੋਲਣਾ। ਅੱਛਾ ਯਾਰ, ਅਲਹਮਦੁਲਿਲਾ ਉਸਤਾਦ ਜੀ, ਫਿਰ ਦੁਬਾਰਾ ਤੈਨੂੰ ਮੈਂ ਪੁੱਛ ਰਿਹਾ, ਕਿਸੇ ਕਿਸਮ ਦਾ ਫਰਾਡ ਇੱਧਰ ਆ ਜਾ ਥੋੜ੍ਹਾ ਜਿਹਾ, ਕਿਸੇ ਕਿਸਮ ਦਾ ਕੋਈ ਮਸਲਾ ਬਣਿਆ ਹੋਵੇ, ਫਿਰ ਵੀ ਕਿਸੇ ਕਿਸਮ ਦੀ ਕੋਈ ਟੈਨਸ਼ਨ ਬਣੀ ਹੋਵੇ। ਅਸੀਂ ਭਾਈ ਜਾਨ ਜੀ ਕੋਈ ਔਨਲਾਈਨ ਪੈਸੇ ਨਹੀਂ ਮੰਗਵਾਉਂਦੇ, ਠੀਕ ਹੈ? ਭਾਈ ਨੂੰ ਐਡਰੈਸ ਦਿੱਤਾ ਸੀ ਪਿੰਡ ਦਾ, ਭਾਈ ਸਾਡੇ ਪਿੰਡ ਗਿਆ, ਠੀਕ ਹੈ? ਪਿੰਡ ਜਾ ਕੇ ਭਾਈ ਜਾਨ ਨੇ ਭਾਈ ਨੂੰ ਮਿਲਿਆ। ਫੇਕ ਆਈਡੀਆਂ ਤੋਂ ਬਚੋ, ਔਨਲਾਈਨ ਪੈਸਾ ਕਿਸੇ ਨੂੰ 1 ਰੁਪਈਆ ਨਾ ਕਰਵਾਓ। ਅਸੀਂ ਬਾਰ ਬਾਰ ਕਹਿ ਰਹੇ ਹਾਂ, ਬਾਕੀ ਅੱਜ ਦਾ ਵਲੋਗ ਕਰਦੇ ਹਾਂ ਐਂਡ। ਅੱਜ ਉਸਤਾਦ ਜੀ ਲੈ ਬੈ, ਅੱਜ ਦਾ ਵਲੋਗ ਕਰਦੇ ਹਾਂ ਐਂਡ ਇਨਸ਼ਾਅੱਲਾ ਉਸਤਾਦ ਮੈਨੂੰ ਫੜਾ ਦੇ ਬੈ, ਕੋਈ ਮਸਲਾ ਨਹੀਂ। ਤੇ ਬਾਕੀ ਅੱਲਾ ਪਾਕ ਖੈਰ ਰੱਖੇ, ਅੱਲਾ ਪਾਕ ਖੁਸ਼ ਰੱਖੇ। ਵੀਜ਼ੇ 1 ਤਰੀਕ ਨੂੰ ਹੋ ਰਹੇ ਨੇ ਬੰਦ, ਐਸ 1 ਨੂੰ ਜਿੰਨੇ ਆਉਣਾ ਉਹ ਸਾਡੇ ਨਾਲ ਰਾਬਤਾ ਕਰ ਸਕਦਾ। ਨੰਬਰ ਮੈਂ ਯੂਟਿਊਬ 'ਤੇ ਦਿੱਤਾ ਹੋਇਆ, ਦੁਬਾਰਾ ਫਿਰ ਮੈਂ ਆਪਣਾ ਨੰਬਰ ਦੱਸ ਦੇਣਾ, 00971509014186। ਇਹ ਮੇਰਾ ਨੰਬਰ ਹੈ, ਓਨਲੀ ਵਟਸਐਪ 1 ਨੰਬਰ ਹੈ, ਠੀਕ ਹੈ? ਬਾਕੀ ਇਨਸ਼ਾਅੱਲਾ ਪਹੁੰਚ ਗਏ ਘਰ, ਮਿਲਦੇ ਹਾਂ ਇਨਸ਼ਾਅੱਲਾ ਨੈਕਸਟ ਵਲੋਗ। ਅੱਲਾ ਹਾਫਿਜ਼।